ਜਦੋਂ ਤੁਸੀਂ ਸੁੱਤੇ ਹੋਵੋ
ਪਤਾ ਤੁਹਾਡੀ ਬਰਾਬਰੀ ਕਿਹੜੀ ਆ, ਜਾਤ ਕਿਹੜੀ ਆ, ਪਿੰਡ ਕਿਹੜਾ, ਤੁਸੀਂ ਕੌਣ ਹੋ, ਦੇਖ ਲੈਣਾ ਅੱਜ ਸੌਂ ਕੇ ਦੇਖ ਲੈਣਾ, ਤੁਹਾਨੂੰ ਵੀ ਪਤਾ ਹੁੰਦਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਕਲਗੀਆਂ ਵਾਲੇ ਨੇ ਜਿਸ ਦਿਨ ਅਨੰਦਪੁਰ ਸਾਹਿਬ ਤੋਂ ਇਹ ਐਲਾਨ ਕਰ ਦਿੱਤਾ, ਇਹਨੇ ਗਰੀਬ ਸਿੰਘਾਂ ਕੋ ਤੂੰ ਬਾਦਸ਼ਾਹੀ, ਇਹ ਯਾਦ ਕਰ ਰਹੇ ਹਮਰੀ ਗੁਰਿਆਈ ਸੁਣਨਾ ਜ਼ਰਾ, ਅਦੇਖ ਜਿਨ ਕੀ ਜਾਤ ਗੋਤ ਕੁਲ ਨਾਹੀ, ਕੀ ਕਹਿੰਦੇ ਪਾਤਸ਼ਾਹ, ਦੇਖ ਜਿਹਨਾਂ ਨੂੰ ਨੀਚ ਸਮਝ ਕੇ ਧਰਕਾਰਿਆ ਗਿਆ, ਜਿਨ ਕੀ ਜਾਤ ਗੋਤ ਕੁਲ ਨਾਹੀ, ਸਰਦਾਰੀ ਨਾ ਪਈ ਕਿਦਾਹੀ, ਇਨਕੋ ਮੈਂ ਸਰਦਾਰ ਬਣਾਉਂ, ਤਾਂ ਵੈ ਗੋਬਿੰਦ ਸਿੰਘ ਨਾਮ ਕਹਾਉਂਗਾ। ਜਿਸ ਦਿਨ ਅੰਮ੍ਰਿਤ ਛਕਾਇਆ ਸੀ, ਪਰ ਇੱਕੋ ਗੱਲ ਕਹੀ ਸੀ, ਤੁਹਾਡਾ ਪਿਛਲਾ ਕਰਮ ਨਾਸ਼, ਤੁਹਾਡਾ ਪਿਛਲਾ ਭਰਮ ਨਾਸ਼, ਤੁਹਾਡਾ ਪਿਛਲਾ ਧਰਮ ਨਾਸ਼। ਧਿਆਨ ਦੇਣਾ ਜੀ, ਐਵੇਂ ਰੌਲਾ ਨਾ ਪਾ ਕੇ ਤੇ ਜੀ ਢੋਲਕੀਆਂ ਧਰਕੀਆਂ ਬਜਾ ਕੇ, ਆ ਦੇਖ ਹੋਣੀਆਂ ਦੇ ਵਚਨਹਾਰ ਪਾਤਸ਼ਾਹ, ਇਹ ਅਨੰਦਪੁਰ ਸਾਹਿਬ ਕੋਈ ਆਮ ਸ਼ਹਿਰ ਨਹੀਂ ਗੁਰਮੁਖ, ਇਹ ਕੋਈ ਸ਼ਹਿਰ ਨਹੀਂ, ਇਹ ਤੇ ਇਨਕਲਾਬ, ਇਨਕਲਾਬ ਦਾ ਮੁਜੱਸਮਾ ਹੈ ਇੱਥੇ। ਸਤਿਗੁਰ ਨੇ ਵੱਡੇ ਵੱਡੀਆਂ ਜ਼ਾਲਮ ਬਾਦਸ਼ਾਹੀਆਂ ਦੀਆਂ ਚੂੜਾਂ ਹਿਲਾ ਕੇ ਰੱਖ ਦਿੱਤੀਆਂ, ਇੱਕ ਵਾਰੀ ਕਹਿ ਦਿਓ ਸਤਨਾਮ। ਬੇਨਤੀ ਕਰ ਰਹੇ ਹਾਂ, ਆਪ ਜੀ ਇਤਿਹਾਸ ਸੁਣਦੇ ਰਹਿੰਦੇ ਹੋ, ਕਿਉਂਕਿ ਅੱਜ ਮੈਂ ਅੱਗੇ ਜਾਣਾ, ਕਿਉਂਕਿ ਅੱਜ ਪਹਿਲਾ ਦਿਨ ਹੈ 22-25 ਦਸੰਬਰ ਦਾ, ਛੋਟੇ ਸਾਹਿਬਜ਼ਾਦੇ ਅੱਜ ਪਹਿਲਾ ਦਿਨ ਕਚਹਿਰੀ 'ਚ ਗਏ ਨੇ, ਇੱਕ ਵਾਰੀ ਕਹਿ ਦਿਓ ਸਤਨਾਮ। ਬੇਨਤੀ ਕਰ ਰਹੇ ਅਸੀਂ, ਐਡਾ ਵੱਡਾ ਦੁਨੀਆਂ ਦਾ ਵਿਸ਼ਵਾਸ ਪਾਤਰ ਦੁਨੀਆਂ 'ਤੇ ਨਹੀਂ ਮਿਲੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਭਾਈ ਜੈਤਾ ਜੀ ਜਿਸ ਨੂੰ ਅੰਮ੍ਰਿਤ ਛੱਕ ਕੇ ਭਾਈ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਦਾ ਖਿਤਾਬ ਦਿੱਤਾ, ਜਿੰਨੇ ਵੀ ਪੱਤਰ ਵਿਵਹਾਰ ਦਿੱਲੀ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਲਿਖਦੇ ਸਨ ਬਾਬਾ ਜੀਵਨ ਸਿੰਘ ਜੀ ਨੂੰ, ਭਾਈ ਜੈਤਾ ਜੀ ਨੂੰ ਉਹ ਅਨੰਦਪੁਰ ਸਾਹਿਬ ਪਹੁੰਚਾਉਂਦੇ ਸੀ, ਅਤੇ ਅਨੰਦਪੁਰ ਸਾਹਿਬ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸੁਨੇਹਾ ਹੁੰਦਾ ਸੀ ਗੁਰੂ ਸਾਹਿਬ ਨੂੰ ਪਹੁੰਚਾਉਂਦੇ ਸੀ, ਇੱਕ ਵਾਰੀ ਕਹਿ ਦਿਓ ਸਤਨਾਮ। ਤਾਂ ਕਿ ਇਤਿਹਾਸ ਨੂੰ ਦੇਖੀ, ਜਦੋਂ ਬਾਬਾ ਜੀ ਨੇ ਸੀਸ ਲਿਆਂਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗਲੇ ਨਾਲ ਲਾ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ, ਇੱਕ ਵਾਰੀ ਕਹਿ ਦਿਓ ਫਿਰ ਸਤਨਾਮ। ਰੱਬ ਦੇ ਪਿਆਰ ਤਾਂ ਕਿਸੇ ਨਾਲ ਵਿਰੋਧ ਨਹੀਂ ਹੁੰਦਾ। ਮੈਂ ਇੱਕ ਹੋਰ ਬੇਨਤੀ ਕਰਕੇ ਲੈ ਜਾਂਦਾ ਜਾਂਦਾ, ਸੰਤ ਤੇ ਖੂਹ ਸਭ ਦੇ ਸਾਂਝੇ ਹੁੰਦੇ ਨੇ, ਫਿਰ ਸੁਣਨਾ, ਸੰਤ ਤੇ ਖੂਹ ਤੇ ਸਤਿਗੁਰ ਸਾਰਿਆਂ ਦੇ ਸਾਂਝੇ ਹੁੰਦੇ ਨੇ। ਕੋਈ ਵੀ ਬੰਦਾ ਜਿਸ ਨੂੰ ਪਾਣੀ ਚਾਹੀਦਾ, ਜਿੱਡਾ ਵੱਡਾ ਪਾਤਰ ਲੈ ਕੇ ਜਾਏਗਾ ਓਨਾ ਹੀ ਵੱਡਾ ਪਾਣੀ ਲੈ ਕੇ ਆਏਗਾ। ਇਸ ਤਰ੍ਹਾਂ ਜਿਹੜਾ ਮਹਾਂਪੁਰਸ਼ਾਂ ਕੋਲ ਜਾਂਦਾ, ਸਤਿਗੁਰੂ ਕੋਲ ਜਾਂਦਾ, ਜਿੰਨੀ ਕੋਈ ਸ਼ਰਧਾ ਦਾ ਪਾਤਰ ਲੈ ਕੇ ਜਾਂਦਾ, ਓਨਾ ਹੀ ਉਹਦਾ ਅਧਿਕਾਰੀ ਹੋ ਜਾਂਦਾ। ਇੱਕ ਵਾਰੀ ਕਹਿ ਦਿਓ ਸਤਿਗੁਰੂ। ਸਭ ਤੋਂ ਪਹਿਲੀ ਵਾਰ 22 ਧਾਰ ਦੇ ਰਾਜੇ ਬੜੀ ਸ਼ਰਧਾ ਨਾਲ ਦਰਸ਼ਨ ਕਰਨ ਆਏ ਸੀ। ਹੁਣ ਸਾਡਾ ਤਾਂ ਸਾਰਿਆਂ ਦਾ ਇੱਕ ਬੜਾ ਵੱਡਾ ਫਰੇਮ ਬਣਿਆ ਹੋਇਆ ਵੀ ਬਾਬਾ ਕਿੱਦਾਂ ਦਾ ਹੋਣਾ ਚਾਹੀਦਾ, ਸੰਤ ਕਿੱਦਾਂ ਦਾ ਹੋਣਾ ਚਾਹੀਦਾ। ਸਾਨੂੰ ਉਹ ਬਾਬਾ ਪਸੰਦ ਆ ਜਿਹੜੀਆਂ ਹੱਡੀਆਂ ਨਿਕਲੀਆਂ ਹੋਣ, ਅੱਧੀ ਕੁ ਰੋਟੀ ਤੋਂ ਵੀ ਘੱਟ ਖਾਵੇ, ਪਾਣੀ ਨਾ ਪੀਵੇ, ਕਹਿੰਦੇ ਬਾਬਾ ਬਹੁਤ ਤਿਆਗੀ ਆ, ਆਖੋ ਸਤਨਾਮ। ਪਹਿਲੀ ਵਾਰ ਜਦ ਦਰਸ਼ਨ ਕੀਤੇ ਨੇ ਕਲਗੀਆਂ ਵਾਲੇ ਦੇ, ਭੀਮ ਚੰਦ ਵਰਗੇ ਰਾਜਾ, ਭੀਮ ਚੰਦ ਵਰਗੇ ਹਰੀ ਚੰਦ ਵਰਗੇ, ਅੰਦਰ ਇੱਕ ਸ਼ੰਕਾ ਪੈ ਗਈ ਤੇ ਸੰਤ ਕੀ ਤੇ ਸ਼ਸਤਰ ਕੀ, ਸੰਤਾਂ ਨੂੰ ਕੀ ਲੋੜ ਬੰਦੂਕਾਂ ਰੱਖਣ ਦੀ,
ਤੁਹਾਨੂੰ ਕੀ ਲੋੜ ਪੈ ਗਈ ਫੌਜਾਂ ਰੱਖਣ ਦੀ? ਆ ਸੁਣਨ ਦਾ ਸ਼ਰਧਾ ਕਿੱਦਾਂ ਟੁੱਟਦੀ ਹੈ ਬੰਦੇ ਦੇ ਅੰਦਰ। ਮਨ ਵਿੱਚ ਸਵਾਲ ਆ ਗਿਆ, ਇਹ ਕਲਗੀਆਂ ਤਾਂ ਰਾਜਿਆਂ ਦੇ ਸਿਰ ਤੇ ਹੁੰਦੀਆਂ, ਸੰਤ ਨੂੰ ਕੀ ਲੋੜ ਹੈ ਕਲਗੀਆਂ ਦੀ? ਮਨ ਵਿੱਚ ਸ਼ੰਕਾ ਪੈ ਗਈ, ਕਿਤੇ ਸਾਡਾ ਰਾਜ ਹੀ ਨਾ ਫੁੱਸ ਜਾਏ, ਸਾਡਾ ਰਾਜ ਹੀ ਨਹੀਂ ਰਹਿਣਾ। ਬਸ ਪ੍ਰਸ਼ਾਦੀ ਹਾਥੀ ਜਿਹੜਾ ਸਾਧ ਸੰਗਤ ਨੇ ਬਖਸ਼ਿਆ ਸੀ, ਪੰਜ ਕਲਾ ਸ਼ਾਸਤਰ, ਇਹੋ ਜਿਹੀਆਂ ਵਡਮੁੱਲੀਆਂ ਜਿਹੜੀਆਂ ਅਸਾਮ ਦੇ ਰਾਜਿਆਂ ਨੇ ਬਖਸ਼ੀਆਂ ਹੋਈਆਂ ਸੀ, ਪਾਤਸ਼ਾਹ ਜੀ ਅਰਪਣ ਕੀਤੀਆਂ ਹੋਈਆਂ ਸੀ, ਇਹ ਰਾਜਾ ਭੀਮ ਚੰਦ ਵਰਗੇ ਬੇਈਮਾਨ ਹੋ ਗਿਆ ਮਨ, ਕਹਿੰਦੇ ਮੇਰੇ ਲੜਕੇ ਦਾ ਵਿਆਹ ਹੈ, ਜੇ ਥੋੜ੍ਹੇ ਦਿਨਾਂ ਲਈ ਇਹ ਦੇ ਦਿਓ ਮੇਰੀ ਇੱਜ਼ਤ ਵੱਡ ਜਾਏਗੀ। ਪਾਤਸ਼ਾਹ ਜਾਣਦੇ ਸੀ, ਕਿਉਂਕਿ ਉਹ ਅੰਤਰਜਮੀ ਪੁਰਖ ਵਧਾਤਾ ਹੈ ਨਾ, ਉਹ ਕਹਿੰਦੇ ਅਸੀਂ ਸਾਧ ਸੰਗਤ ਦੀਆਂ ਭੇਟਾਂ ਕੀਤੀਆਂ ਹੋਈਆਂ ਵਸਤੂਆਂ ਅਸੀਂ ਕਿਸੇ ਨੂੰ ਦਿੰਦੇ ਨਹੀਂ, ਆਖੋ ਸਤਨਾਮ ਵਾਹਿਗੁਰੂ। ਬਸ ਉਸ ਤੋਂ ਬਾਅਦ ਵੈਰ ਸ਼ੁਰੂ ਹੋ ਗਿਆ। ਬਾਣੀ ਇੱਕ ਬਚਨ ਕਹਿੰਦੀ ਹੈ, ਗੁਰਮੁਖ ਵੈਰ ਵਿਰੋਧ ਮਿਟਾਵੇ। ਅਸਲ ਚ ਪਾਤਸ਼ਾਹ ਕੀ ਚਾਹੁੰਦੇ ਸੀ? ਬਾਈ ਤਾਰ ਦੇ ਰਾਜਿਆਂ ਦੇ ਨਾਲ ਮਿਲ ਕੇ ਇੱਕ ਜੁਆਇੰਟ ਫਰੰਟ ਬਣਾਉਣਾ ਚਾਹੁੰਦੇ ਸੀ, ਤਾਂ ਕਿ ਜ਼ੁਲਮ ਦਾ ਟਾਕਰਾ ਕਰ ਸਕੀਏ। ਇੱਕ ਵਾਰੀ ਕਹਿ ਦਿਓ ਸਤਨਾਮ ਫਿਰ ਸੁਣਨਾ ਦਰਾ। ਪਾਤਸ਼ਾਹ ਜੀ ਇੱਕ ਜੁਆਇੰਟ ਫਰੰਟ ਬਣਾਉਣਾ ਚਾਹੁੰਦੇ ਸੀ ਬਾਈ ਤਾਰ ਦੇ ਰਾਜਿਆਂ ਨਾਲ ਮਿਲ ਕੇ, ਤਾਂ ਕਿ ਉਹ ਵਾਰ ਵਾਰ ਇਹਨਾਂ ਨੂੰ ਲੁੱਟ ਕੇ ਲੈ ਜਾਂਦੇ ਸੀ ਮੁਗਲ। ਪਰ ਜਿਹੜਾ ਬੁਰਜ਼ਦਿਲ ਬੰਦਾ ਹੁੰਦਾ ਉਹ ਰੋਜ਼ ਮਰਦਾ। ਇੱਕ ਵਾਰੀ ਕਹਿ ਦਿਓ ਫਿਰ ਸਤਨਾਮ। ਜਿਹੜਾ ਬੁਰਜ਼ਦਿਲ ਬੰਦਾ ਹੁੰਦਾ ਉਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ, ਉਹ ਦਿਨ 'ਚ 10 ਵਾਰੀ ਮਰਦਾ, ਉਹ ਇੱਕੋ ਹੀ ਗੱਲ ਕਹਿੰਦਾ ਚਲੇ ਜਾਂਦਾ, ਜੀ ਅਸੀਂ ਕੀ ਕਰਨਾ ਜੀ, ਅਸੀਂ ਤਾਂ ਨਿਆਣੇ ਹੀ ਪਾਲਣੇ ਆ ਜੀ, ਸਾਨੂੰ ਕਿਸੇ ਨਾਲ ਕੀ ਹੈ ਜੀ, ਸਾਡੇ ਤਾਂ ਨਿਆਣੇ ਹੀ ਰਹਿੰਦਾ। ਸਾਡੇ ਵਿੱਚ ਵੀ ਬਹੁਤ ਇਹੋ ਜਿਹਾ ਨੇ, ਮੈਂ ਵੀ ਤੁਹਾਡੇ ਨਾਲ ਹੀ ਕਿਤੇ ਮੈਨੂੰ ਵੱਖਰਾ ਨਹੀਂ ਸਮਝਿਆ, ਨਿਆਣੇ ਪਾਲਣੇ ਆ, ਹੋਰ ਸਾਨੂੰ ਕੁਛ ਨਹੀਂ ਚਾਹੀਦਾ, ਸਾਡਾ ਹਾਲ ਆ। ਕਿਉਂਕਿ ਜਿਹੜੀ ਬੁਸਦਲੀ ਹੁੰਦੀ ਆ ਉਹ 10 ਵਾਰੀ ਮਾਰਦੀ ਦਿਨ ਵਿੱਚ, ਕਿਉਂਕਿ ਮਰ ਮਰ ਕੇ ਉਹ ਡਰ ਡਰ ਕੇ ਜਿਉਂਦਾ, ਡਰ ਡਰ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਜੰਮੇ, ਡਰਦੇ ਡਰਦੇ ਸਾਰੀ ਜ਼ਿੰਦਗੀ ਕੱਢ ਦਿੰਦੇ ਆ ਸਾਨੂੰ, ਪਤਾ ਕੀ ਕਰਦਾ ਬੰਦਾ, ਡਰਦਾ ਰਹਿੰਦਾ ਬੰਦਾ, ਮੈਨੂੰ ਘਰਦਿਆਂ ਨੇ ਮਾਰ ਦੇਣਾ, ਮੈਨੂੰ ਭਰਾਵਾਂ ਨੇ ਮਾਰ ਦੇਣਾ, ਮੈਨੂੰ ਗੁਆਂਢੀਆਂ ਨੇ ਮਾਰ ਦੇਣਾ, ਮੈਨੂੰ ਕੁੜਮਾਂ ਨੇ ਮਾਰ ਦੇਣਾ, ਸਾਰੀ ਜ਼ਿੰਦਗੀ ਇੱਦਾਂ ਹੀ ਲੰਘ ਜਾਂਦੀ ਆ, ਇੱਦਾਂ ਹੀ ਨਿਕਲ ਜਾਂਦੀ। ਮੈਂ ਬੇਨਤੀ ਕਰਾਂ ਆਪਣੇ ਨੂੰ, ਆ ਮੇਰੇ ਪਾਤਸ਼ਾਹ ਇਹਨਾਂ ਦਾ ਭਲਾ ਕਰਨਾ ਚਾਹੁੰਦੇ ਸੀ, ਕਈ ਵਾਰੀ ਇਹਨਾਂ ਦੀ ਜਾਨ ਛੁਡਾਈ ਮੁਗਲਾਂ ਤੋਂ, ਪਰ ਜਿਹਦਾ ਬੁਜ਼ਦਿਲ ਬੰਦਾ ਹੁੰਦਾ ਵਿਕ ਜਾਂਦਾ ਹੁੰਦਾ। ਇੱਕ ਵਾਰੀ ਕਹਿ ਦਿਓ ਸਤਨਾਮ ਕਿਵੇਂ ਕਰਦਾ। ਜਿਹੜਾ ਬੁਜ਼ਦਿਲ ਬੰਦਾ ਹੁੰਦਾ ਉਹਨੂੰ ਅਸੀਂ ਇੱਕ ਲਫ਼ਜ਼ ਹੋਰ ਵਰਤਦੇ, ਕਮੀਨਾ। ਉਹ ਜਿਹੜਾ ਬੰਦਾ ਨਾ ਛੋਟੇ ਜਿਹੇ ਥੋੜ੍ਹੇ ਜਿਹੇ ਲਾਭ ਅਤੇ ਲੋਭ 'ਤੇ ਵਿਕ ਜਾਂਦਾ, ਜਦ ਅਨੰਦਪੁਰ ਸਾਹਿਬ ਦੇ ਕਿਲੇ ਨੇ ਇਹਨਾਂ ਦੇ ਨਾਲ ਮਿਲ ਕੇ ਘੇਰਾ ਪਾ ਲਿਆ, 9 ਮਹੀਨੇ ਲਗਾਤਾਰ ਘੇਰਾ ਪਿਆ ਗਿਆ, ਪਰ ਘੇਰਾ ਜੁੱਤ ਨਹੀਂ ਸੀ ਪੈਂਦੀ ਮੁਗਲਾਂ ਦੀ ਅਤੇ ਬਾਈ ਧਾਰ ਦੇ ਰਾਜਿਆਂ ਦੀ, ਅੰਦਰ ਹੱਥ ਪਾ ਸਕਣ, ਪਰ ਭੁੱਖੇ ਪਿਆਸੇ ਆਲੇ ਦੁਆਲੇ ਬਾਹਰੋਂ ਰਸਤਾ ਜਾਣੀਆਂ ਬੰਦ ਹੋ ਗਈਆਂ। ਇਹ ਕਸਮ ਖਾ ਲਈ ਮੁਗਲਾਂ ਨੇ ਆਪਣੇ ਧਰਮ ਗ੍ਰੰਥ ਦੀ, ਕੁਰਾਨ ਦੀਆਂ ਕਸਮਾਂ ਖਾ ਲਈਆਂ, ਵੀ ਜੇ ਤੁਸੀਂ ਥੋੜ੍ਹੇ ਦਿਨਾਂ ਲਈ ਅਨੰਦਪੁਰ ਸਾਹਿਬ ਛੱਡ ਜਾਓ, ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ, ਸਾਡੀ ਇੱਜ਼ਤ ਰਹਿ ਦਿਓ, ਫਿਰ ਤੁਸੀਂ ਜਦੋਂ ਮਰਜ਼ੀ ਆ ਜਾਓ। ਬਾਈ ਧਾਰ ਦੇ ਰਾਜਿਆਂ ਨੇ ਕਿਉਂ ਕਰ ਦੇਣਾ, ਮੇਰਾ ਕਿਸੇ ਨਾਲ ਵਿਰੋਧ ਨਹੀਂ, ਮੈਂ ਇਤਿਹਾਸ ਨੂੰ ਹੀ ਸਾਹਮਣੇ ਰੱਖਣਾ। ਆਟੇ ਦੀ ਗਊ ਬਣਾ ਕੇ ਕਸਮ ਖਾ ਲਈ, ਅਸੀਂ ਆਟੇ ਦੀ ਗਊ ਦੀ ਕਸਮ ਖਾਂਦੇ ਹਾਂ, ਵੀ ਤੁਸੀਂ ਥੋੜ੍ਹੇ ਦਿਨਾਂ ਲਈ ਚਲੇ ਜਾਓ, ਸਾਡਾ ਤੁਹਾਡਾ ਕੋਈ ਵੈਰ ਨਹੀਂ। ਪਾਤਸ਼ਾਹ ਕਹਿੰਦੇ ਧੋਖਾ ਆਇਆ, ਆਖੋ ਸਤਨਾਮ।
ਇਹ ਧੋਖਾ ਆ, ਇਹ ਬੇਈਮਾਨੀ ਆ। ਮਾਤਾ ਜੀ ਨੇ ਜਾ ਕੇ ਕੁਛ ਬੰਦਿਆਂ ਨੇ ਸਿਖਾ ਦਿੱਤਾ ਕੀ ਆ, ਜਦ ਸਭ ਕੁਛ ਹੋ ਰਿਹਾ ਆਰਾਮ ਨਾਲ ਬੈਠ ਕੇ, ਹੁਣ ਗੁਰੂ ਸਾਹਿਬ ਕਿਉਂ ਨਹੀਂ ਮੰਨਦੇ? ਪਾਤਸ਼ਾਹ ਨੇ ਕਿਹਾ 18 ਦਿਨ ਰੁਕ ਜਾਓ, ਰਾਜ ਤੁਹਾਡਾ ਹੋਏਗਾ। ਜਿਹੜੇ ਅੰਦਰ ਸਿੰਘ ਸੀ ਉਹ ਮੰਨੇ ਨਹੀਂ। ਪਾਤਸ਼ਾਹ ਨੇ ਕਿਹਾ 8 ਦਿਨ ਰੁਕ ਜਾਓ, ਰਾਜ ਤੁਹਾਡਾ ਹੋਊਗਾ। ਫਿਰ ਮੇਰੇ ਮਾਲਕ ਕਹਿਣ ਲੱਗੇ 3 ਦਿਨ ਹੀ ਰੁਕ ਜਾਓ, 3 ਦਿਨ ਰੁਕ ਜਾਓ, ਤੁਹਾਡਾ ਭਲਾ ਹੋ ਜਾਓ। ਕਹਿੰਦੇ ਨਹੀਂ, ਇੱਥੇ ਤੱਕ ਵਿੱਚੋਂ ਰਾਜਗੀ ਵੀ ਹੋ ਗਈ। ਰਾਜਗੀ ਹੋ ਗਈ, ਮਾਤਾ ਜੀ ਰਥ 'ਤੇ ਬੈਠ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਜਾਣ ਲੱਗੇ ਬਾਹਰ। ਸਿਆਣੇ ਸੀ ਸਾਰੇ, ਕਹਿੰਦੇ ਰੁਕ ਜਾਓ। ਕਹਿੰਦੇ ਹੁਣ ਅਗਰ ਕੁਝ ਹੋਇਆ ਤਾਂ ਜ਼ਿੰਮੇਵਾਰੀ ਤੁਹਾਡੀ ਹੋਏਗੀ, ਆਖੋ ਸਾਹਮਣਾ। ਸਾਡੀ ਨਹੀਂ, ਜ਼ਿੰਮੇਵਾਰੀ ਤੁਹਾਡੀ ਹੋਏਗੀ ਹੁਣ, ਭਲੇ ਤੇ ਬੁਰੇ ਦੀ। ਸਤਿਗੁਰ ਜੀ ਨੇ ਜਿਹੜਾ ਪੱਤਰ ਲਿਖਿਆ ਸੀ ਨਾ, ਉਹਨੂੰ ਲੈਟਰ ਆਫ ਵਿਕਟਰੀ ਕਹਿੰਦੇ ਨੇ, ਜ਼ਫਰਨਾਮਾ। ਉਹਦੇ ਵਿੱਚ ਬਹੁਤ ਕੁਝ ਲਿਖਿਆ ਪਾਤਸ਼ਾਹ ਜੀ, ਕਿਹਾ ਸੀ ਔਰੰਗਜ਼ੇਬ, ਔਰੰਗਜ਼ੇਬ ਤੂੰ ਤਾਂ ਮੁਸਲਮਾਨ ਨਹੀਂ, ਕੋਈ ਕੌਣ ਤਾਂ ਹੋਵੇ। ਜੇ ਮੈਂ ਤੇਰੀ ਜਗ੍ਹਾ ਹੁੰਦਾ, ਆਪਣੇ ਧਰਮ ਗ੍ਰੰਥ ਦੀ ਕਸਮ ਖਾਧੀ ਹੁੰਦੀ, ਭਾਵੇਂ ਜੋ ਕੁਝ ਮਰਜ਼ੀ ਹੋ ਜਾਂਦਾ, ਮੈਂ ਉਹਦੇ 'ਤੇ ਪਹਿਰਾ ਦਿੰਦਾ। ਪਰ ਤੂੰ ਤਾਂ ਏਡਾ ਬੇਈਮਾਨ ਆ, ਤੇਰੇ ਅਹਿਲਕਾਰ ਏਡੇ ਬੇਈਮਾਨ ਨੇ, ਧਰਮ ਦੇ ਨਾਂ 'ਤੇ ਆਦੇਸ਼ ਕੀ ਕੀਤਾ ਇਹਨਾਂ ਨੇ, ਆਖੋ ਸਤਨਾ। ਸ਼ੋਰਟਕੱਟ ਕਰ ਰਿਹਾ ਤਾਂ ਕਿ ਮੈਂ ਨਾ ਕਿਸੇ ਪਾਸੇ ਜਾ ਸਕਾਂ। ਅੱਜ ਪਾਤਸ਼ਾਹ ਜੀ ਨੇ ਕਿਹਾ ਸੀ, ਇਹਨਾਂ ਨੇ ਧਰਮ ਦੀ ਕਸਮ ਖਾਧੀ ਹੈ, ਅਸੀਂ ਧਰਮ ਸ਼ਬਦ ਦਾ ਸਤਿਕਾਰ ਕਰਦੇ ਹਾਂ, ਅਸੀਂ ਇਸ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਜਾਣਾ, ਆਖੋ ਸਤਨਾ। ਅਸੀਂ ਛੱਡ ਜਾਣਾ, ਇੱਕ ਟਿੱਬੀ ਸਾਹਿਬ ਅੱਜ ਕੱਲ੍ਹ ਜਿੱਥੇ ਗੁਰਦੁਆਰਾ ਸਾਹਿਬ ਆਪ ਜੀ ਦੇਖਦੇ ਹੋ, ਸੋਚਿਆ ਕਿਉਂਕਿ ਉੱਥੇ ਕਿਉਂ ਨਾ 2 ਹੱਥ ਕੀਤੇ ਜਾਣ ਬਾਹਰ ਆ ਕੇ ਕਿਲ੍ਹੇ ਤੋਂ। ਭਾਈ ਗਜਿੰਦਰ ਸਿੰਘ ਜੀ ਨੂੰ 100 ਸਿੰਘਾਂ ਦਾ ਜਥਾ ਦਿੱਤਾ, ਇਹ ਨਾਲ ਕਿਹਾ ਜਦ ਤੱਕ ਗੁਰੂ ਸਾਹਿਬ ਬਾਬਾ ਜੀਵਨ ਸਿੰਘ ਜੀ ਅੱਗੇ ਨਿਕਲ ਨਾ ਜਾਣ, ਓਨੀ ਦੇਰ ਇਹਨਾਂ ਫੌਜਾਂ ਨੂੰ ਰੋਕੀ ਰੱਖਣਾ। ਗਜਬ ਜੀ, ਇਹ ਗਜਬ ਦੀ ਖੇਡ ਦੁਨੀਆਂ ਦੇ ਲੋਕ ਜਿਹੜੇ ਤੁਹਾਡੇ ਬੱਚੇ ਜਾਣਦੇ ਹੀ ਨਹੀਂ ਹੈ ਕਿ, ਆਖੋ ਸਤਨਾਮ। ਸਿੱਖੀ ਨੂੰ ਸਿਖਾਓ ਇਹਨਾਂ ਨੂੰ, ਮੈਂ ਤਾਂ ਬੇਨਤੀ ਕਰ ਸਕਦਾ, ਇਹਨਾਂ ਨੂੰ ਸਿਖਾਓ ਕੁਝ, ਸਿੱਖੀ ਬਾਰੇ ਕੁਝ ਦੱਸੋ। ਇੱਕ ਨਹੀਂ ਮੈਂ ਬੇਨਤੀ ਕਰਾਂ, ਜਦੋਂ ਨਮਸਕਾਰ ਕੀਤੀ ਮੈਂ ਸਾਹਮਣੇ ਫੋਟੋ ਦੇਖ ਰਿਹਾ ਸੀ ਬਾਬਾ ਜੀ ਦੀ, ਧੰਨ ਬਾਬਾ ਰਵਿਦਾਸ ਜੀ ਮਹਾਰਾਜ, ਗੁਰੂ ਸਾਹਿਬ ਦੀਆਂ ਫੋਟੋ ਦੇਖ ਰਿਹਾ ਸੀ। ਜਿਹਨਾਂ ਨੇ ਸਮਾਜ ਨੂੰ ਕੁਝ ਦਿੱਤਾ ਉਹਨਾਂ ਨੂੰ ਸੰਸਾਰ ਸਿਰ ਝੁਕਾਉਂਦਾ ਹੀ ਰਹਿੰਦਾ, ਆਖੋ ਸਤਨਾਮ। ਜਿਹਨਾਂ ਨੇ ਸ਼ਰਾਬ ਹੀ ਪਿਲਾਈ ਹੈ ਸਮਾਜ ਨੂੰ, ਉਹਨਾਂ ਦਾ ਇੱਕ ਹਫ਼ਤਾ ਨਹੀਂ ਲੰਘਦਾ ਮੁੜ ਕੇ ਲੋਕ ਯਾਦ ਹੀ ਨਹੀਂ ਕਰਦੇ, ਆਖੋ ਸਤਨਾਮ। ਯਾਦ ਹੀ ਨਹੀਂ ਕਰਦਾ ਸੰਸਾਰ। ਆ ਮੇਰੇ ਪਾਤਸ਼ਾਹ ਨਿਕਲੇ ਨੇ, ਕਿਸੇ ਨੇ ਆ ਕੇ ਅਚਾਨਕ ਇਹ ਗੱਲ ਕਹੀ ਵੀ ਜਿਹੜੀਆਂ ਮੁਗਲ ਫੌਜਾਂ ਨੇ ਤੁਹਾਡਾ ਪਿੱਛਾ ਕਰ ਰਹੀਆਂ, ਮਿੰਟ ਸਿਰਫ ਪੰਜ ਲੱਗਣਗੇ, ਅਗਰ ਬਚ ਸਕਦੇ ਹੋ ਤਾਂ ਬਚ ਜਾਓ। ਸਤਿਗੁਰੂ ਜੀ ਨੇ ਬਾਬਾ ਜੀਵਨ ਸਿੰਘ ਜੀ ਦੀ ਡਿਊਟੀ ਲਗਾਈ। ਇਹ ਖਿਆਲ ਰੱਖਣਾ, ਮੈਂ ਆਪ ਨੂੰ ਸਾਂਝ ਪਾ ਜਾ ਇੱਥੇ। ਬਾਬਾ ਜੀਵਨ ਸਿੰਘ ਜੀ ਦੇ 4 ਪੁੱਤਰ ਸਨ, 2 ਸਰਸਾ ਨਦੀ ਤੋਂ ਪਹਿਲਾਂ ਸ਼ਹੀਦ ਹੋ ਗਏ, 2 ਜਾ ਕੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ। ਕਲਗੀਆਂ ਵਾਲੇ ਨੇ ਵੀ 4 ਪੁੱਤਰ ਕੁਰਬਾਨ ਕੀਤੇ, ਬਾਬਾ ਜੀਵਨ ਸਿੰਘ ਜੀ ਨੇ ਵੀ 4 ਪੁੱਤਰ ਕੁਰਬਾਨ ਕਰ ਦਿੱਤੇ, ਆਖੋ ਸਤਨਾਮ। ਜਿਹਨਾਂ ਨੇ ਜਿਹੜੇ ਮਿਟ ਗਏ ਗੁਰੂ ਨਾਨਕ ਦੇ ਦਰ 'ਤੇ, ਉਹਨਾਂ ਨੂੰ ਅੱਜ ਸੰਸਾਰ ਦੀ ਠੰਡ ਵਿੱਚ ਵੀ ਯਾਦ ਕਰਦਾ, ਆਖੋ ਸਤਨਾਮ।
Vahyu. ਅੱਜ ਸੰਸਾਰ ਆ ਤੁਸੀਂ ਸਾਰੇ ਸੁੱਖ ਛੱਡ ਕੇ ਅੱਜ ਉਹਨਾਂ ਦੀ ਯਾਦ ਵਿੱਚ ਬੈਠੇ ਹੋ ਆਓ ਜਰਾ ਕੱਟਦੇ ਵੱਟਦੇ ਮਿੱਟਦੇ ਸਰਸਨ ਨਦੀ ਤੇ ਆ ਗਿਆ ਪਾਤਸ਼ਾਹ ਇਤਿਹਾਸ ਕਹਿੰਦਾ ਕਿ ਰਾਤ ਦੇ 2 ਵਜੇ ਸੀ ਪਹੁੰਚਦੇ ਪਹੁੰਚਦੇ ਸਰਸਨ ਨਦੀ ਤੇ 4 ਵਜੇ ਸੀ ਹੋਣੀਆਂ ਦੇ ਰਚਨਹਾਰ ਪਾਤਸ਼ਾਹ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ ਮੈਨੂੰ ਭੁੱਖ ਬੜੀ ਲੱਗੀ ਕੋਈ ਛਕਾ ਦੇ ਕਹਿੰਦੇ ਪਾਤਸ਼ਾਹ ਕਈ ਦਿਨਾਂ ਦੇ ਭੁੱਖੇ ਪਿਆਸੇ ਹਾਂ ਕੁਛ ਹੈ ਨਹੀਂ ਨਹੀਂ ਕੁਛ ਛਕਾ ਦੇ ਜਾਂ ਤੀਜੀ ਵਾਰੀ ਕਹਿਣ ਪਾਤਸ਼ਾਹ ਕੀ ਛਕਾਵਾਂ ਸਤਿਗੁਰੂ ਕਹਿਣ ਲੱਗੇ ਅੰਮ੍ਰਿਤ ਵੇਲਾ ਹੋ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਦੇ ਗੁਰੂ ਨਾਨਕ ਦੀ ਮਹਿਮਾ ਸੁਣਾ ਦੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਉੱਠਣਾ ਕਿਹੜੇ ਵੇਲੇ ਆ ਐਡਾ ਦਲਿੰਦਰੀ ਕੱਲ ਕੇ ਪਤਾ ਲੱਗਦਾ ਬੇਨਤੀ ਕਰਾਂ ਆਪ ਜੀ ਨੂੰ ਜੇ ਅੱਜ ਸਾਹਿਬਜ਼ਾਦੇ ਇਹ ਕਹਿ ਦੇਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿ ਦੇਣ ਵੀ ਤੁਹਾਡੇ ਅਗਲੇ ਪਿਛਲੇ ਗੁਨਾਹ ਮੁਆਫ ਪਰ ਉਹ ਉੱਠ ਕੇ ਖੜੇ ਹੋ ਜਾਓ ਜਿਹੜੇ ਸਵੇਰ ਦਾ ਨਿਤ ਨੇਮ ਕਰਕੇ ਆਏ ਨੇ ਤੇ 100 ਚੋਂ 95 ਬੈਰ ਨਿਤ ਨੇਮ ਤੋਂ ਅਸੀਂ ਬੈਠੇ ਹਾਂ ਇੱਥੇ ਪੁੱਛ ਲੈਣਾ ਕਿਤੇ ਆਤਮਾ ਨਾ ਮਰ ਗਈ ਹੋਵੇ ਕਿਸੇ ਦੀ ਆ ਦੇਖ ਤੇ ਸਹੀ ਗੁਰੂ ਬਖਸ਼ੇ ਕਿਵੇਂ ਪੈਂਦੇ ਤੂੰ ਦੱਸ ਦੱਸੇ ਗੁਰੂ ਦਾ ਵਚਨ ਮੰਨਿਆ ਕਿਹੜਾ ਇੰਨੀ ਮਨਮੁੱਖਤਾ ਜੀਵਨ ਵਿੱਚ ਆ ਜਾ ਬਟ ਭਾਗੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਮਹਿਮਾ ਗਾਉਂਦੇ ਨੇ ਆ ਦੇਖ ਇਤਿਹਾਸ ਕੀ ਕਹਿੰਦਾ 3 ਹਿੱਸਿਆਂ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਵੰਡਿਆ ਗਿਆ ਇੱਕ ਪਾਸੇ ਭਾਈ ਮਨੀ ਸਿੰਘ ਗੁਰੂ ਸਾਹਿਬ ਦੇ ਮਹਿਲ ਉਹਨਾਂ ਦੇ ਘਰਾਂ ਦੂਜੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ 40 ਕੁ ਸਿੰਘ ਨਦੀ ਪਾਰ ਕਰਦੇ ਕਰਦੇ ਬੱਚੇ ਤੀਜੇ ਪਾਸੇ ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਜਿਹੜੇ ਤੀਸਰੇ ਦਿਨ ਜੇ ਮੈਂ ਗਲਤੀ ਖਾ ਲਿਆ ਉਹ ਕਹਿੰਦਾ ਇੱਕ ਤੇ ਕਹਿੰਦਾ ਵੀ ਦੂਜੇ ਦਿਨ ਸ਼ਾਮ ਨੂੰ ਜਦ ਨਦੀ ਉਤਰੀ ਫਿਰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਸਰਸਨ ਨਦੀ ਦੇ ਕਿਨਾਰੇ ਤੇ ਰੁਕ ਗਏ ਹੈਰਾਨੀ ਦੀ ਗੱਲ ਨਹੀਂ ਸੁੱਖ ਮਾਨਣ ਵਾਲੇ 7 ਤੇ 9 ਸਾਲ ਦੇ 7 ਤੇ 9 ਸਾਲ ਦੇ ਗੁਰੂ ਕੇ ਲਾਲ ਕੰਢੇ ਕੰਢੇ ਤੁਰੇ ਜਾਂਦੇ ਨੇ ਕੰਢੇ ਕੰਢੇ ਇੱਕ ਝੌਂਪੜੀ ਦੇਖੀ ਉਸ ਝੌਂਪੜੀ ਵਿੱਚ ਦੇਖਿਆ ਉੱਥੇ ਕੋਈ ਨਹੀਂ ਮਾਤਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੇ ਬਿਠਾ ਦਿੱਤਾ ਇਹ ਝੌਂਪੜੀ ਜਿਹੜੀ ਸੀ ਇਹ ਕੌਮੇ ਮਾਸ਼ਤੀ ਦੀ ਸੀ ਇਸ ਦੇ ਕੋਲ ਇੱਕ ਪੁਰਾਣੀ ਬੇੜੀ ਸੀ ਇਹ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ ਸੀ ਕਦੇ ਕਦੇ ਪਾਰ ਕਰ ਦਿੰਦਾ ਸੀ ਜਦੋਂ ਹੜ੍ਹ ਆਉਂਦਾ ਸੀ ਕਿਉਂਕਿ ਗਰੀਬ ਆਦਮੀ ਤਾਂ ਇਹ ਵੀ ਹੁੰਦਾ ਨਾ ਰੋੜੀਆਂ ਜਾ ਕੁਝ ਇਹ ਕੌਮਾ ਮਾਸ਼ਤੀ ਜਿਹੜਾ ਮੱਛੀਆਂ ਫੜ ਕੇ ਵੀ ਗੁਜ਼ਾਰਾ ਕਰਦਾ ਸੀ ਦੇਖਿਆ ਕਿ ਛੋਟੇ ਛੋਟੇ ਬੱਚੇ ਨੇ 7 ਤੇ 9 ਸਾਲ ਦੇ ਇੱਕ ਬਿਰਧ ਮਾਤਾ ਹੈ ਤਕਰੀਬਨ 84 ਸਾਲ ਉਮਰ ਹੈ ਪੁੱਛਿਆ ਘਬਰਾ ਕੇ ਪੁੱਛਿਆ ਮਾਤਾ ਜੀ ਤੁਸੀਂ ਕੌਣ ਹੋ ਮਾਤਾ ਗੁਜਰੀ ਜੀ ਕਹਿਣ ਲੱਗੇ ਲਾਲ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਹਾਂ ਇਹ ਮੇਰੇ ਪੋਤਰੇ ਨੇ ਬਾਰਿਸ਼ ਪੈ ਰਹੀ ਹੈ ਇੱਕ ਵਿਧਵਾ ਪੰਡਤਾਣੀ ਲਕਸ਼ਮੀ ਬਾਈ ਉਸਦੇ ਕੋਲ ਦੌੜਾ ਦੌੜਾ ਗਿਆ ਕੌਮਾ ਮਾਸ਼ਕੀ ਜਾ ਕੇ ਕਹਿਣ ਲੱਗਾ ਗਰੀਬ ਕੋਲ ਅਸਲ ਦਿਲ ਹੁੰਦਾ
de nu poți veni în dava dunia de loc, a cosat nam. Grib col del hunda, de nu poți veni hunda, amir col tan hunda, par del nu hunda, a cosat nam. Vedi carne a chi? Io poti si col donna de, le anda. ਨਾਲ ਦੁੱਧ ਦਾ ਗੜਬਾ ਲਿਆਂਦਾ ਮਾਤਾ ਜੀ ਆਪ ਜੀ ਪ੍ਰਸ਼ਾਦਾ ਛਕੋ ਮਾਤਾ ਜੀ ਕਹਿੰਦੇ ਪੁੱਤਰ ਮੇਰੀ ਨਹੀਂ ਇੱਛਾ ਨਹੀਂ ਅੱਜ ਦੁੱਧ ਬੱਚੇ ਪੀਂਦੇ ਨੇ ਤੈਨਾਂ ਨੂੰ ਪਿਆ ਦਿਓ ਆਖੋ ਸਭਨਾ ਉਹਦੇ ਪਿਆਰਿਆਂ ਦੀ ਸੇਵਨ ਵਿੱਚੋਂ ਹਰ ਪਾਏ ਤਿੰਨ ਕੀ ਕਥਾ ਨਿਰਾਲੀ ਸਾਡੀ ਕਥਾ ਕੀ ਹੈ ਕਿਸੇ ਦਾ ਪੁੱਤਰ ਰੁੱਸਾ ਹੋਇਆ ਕਿਸੇ ਦੀ ਨੂੰਹ ਰੁੱਸੀ ਹੋਈ ਆ ਕਿਸੇ ਦਾ ਜਵਾਈ ਰੁੱਸਿਆ ਹੋਇਆ ਕਿਸੇ ਦਾ ਬਾਪ ਰੁੱਸਿਆ ਹੋਇਆ ਕਿਸੇ ਦੇ ਰਿਸ਼ਤੇਦਾਰ ਰੁੱਸੇ ਹੋਏ ਨੇ ਸਾਡੀ ਕਥਾ ਇੱਦਾਂ ਦੀ ਆ ਪਰ ਰੱਬ ਦੇ ਪਿਆਰਿਆਂ ਦੀ ਬਾਦਸ਼ਾਹ ਕਹਿੰਦੇ ਇਹ ਕਥਾ ਨਿਰਾਰੀ ਹੈ ਆ ਦੇਖ ਉਹਨਾਂ ਦੀ ਕਥਾ ਜਿਹਨੂੰ ਸੰਸਾਰ ਕਰਦਾ ਨਹੀਂ ਥੱਕਦਾ ਬੜੀ ਨਿਆਰੀ ਕਥਾ ਹੈ ਕੁਛ ਦਿਨ ਪਹਿਲਾਂ ਇਸਦਾ ਮਜ਼ਹਬ ਬਦਲਿਆ ਸੀ ਇਸਦਾ ਨਾਂ ਕਰਮ ਚੰਦ ਸੀ ਇਸਦਾ ਨਾਂ ਕਰਮ ਚੰਦ ਹੀ ਉਸ ਤੋਂ ਕੌਮਾਂ ਮਾਸ਼ਕੀ ਦਾ ਨਾਂ ਬਣਾਤਾ ਇਹਦਾ ਕਿਉਂਕਿ ਜੋ ਹਿਸਾਬ ਹੁੰਦਾ ਉਹਨਾਂ ਦਾ ਉਹਨਾਂ ਨੇ ਕੀਤਾ ਪਰ ਹੈਰਾਨੀ ਇਸ ਗੱਲ ਦੀ ਅਜੇ ਜ਼ਖਮ ਤਾਜ਼ੇ ਸੀ ਇਸਦੇ ਬੜੇ ਜ਼ਖਮ ਗਹਿਰੇ ਹੁੰਦੇ ਨੇ ਹੁਣ ਤਾਂ ਸਿੱਖਾਂ ਦਾ ਵੀ ਇਹੀ ਹਾਲ ਹੋ ਗਿਆ ਉਹ ਕਹਿੰਦੇ ਦਾੜੀ ਨੂੰ ਕਿਹੜਾ ਬੇਰ ਲੱਗਣੇ ਆਖੋ ਸਤਨਾਮ ਵਾਹਿਗੁਰੂ ਦਾੜੀ ਕਹਿੰਦਾ ਕਾਹਦੇ ਲਈ ਰੱਖਣੇ ਇਹਨੂੰ ਪੁੱਛੇ ਰੱਬ ਨਾ ਕਰੇ ਕਿਤੇ ਦਾੜੀ ਨੂੰ ਬੇਰ ਲੱਗਦੇ ਨੇ ਤੇਰਾ ਮੂੰਹ ਭਰ ਸੁੱਟਣਾ ਸੀ ਨਿਆਣਿਆਂ ਨੇ ਆਖੋ ਸਤਨਾਮ ਵਾਹਿਗੁਰੂ ਤੈਨੂੰ ਨਹੀਂ ਪਤਾ ਸਾਬਤ ਸੂਰਤ ਦਸਤਾਰ ਸਿਰਾ ਇਹ ਨਕਲੀ ਨਹੀਂ ਦਾੜੀ ਰੱਬ ਨੇ ਦਿੱਤੀ ਇਹ ਕੇਸ ਨਕਲੀ ਨਹੀਂ ਦਿੱਤੇ ਇਹ ਤਾਂ ਬਖਸ਼ਿਸ਼ ਵਿੱਚੋਂ ਆਏ ਨੇ ਆਖੋ ਸਤਨਾਮ ਵਾਹਿਗੁਰੂ ਇਹ ਤਾਂ ਬਖਸ਼ਿਸ਼ ਵਿੱਚੋਂ ਆਏ ਨੇ ਅਕਾਲ ਪੁਰਖ ਦੀ ਚੋਂ ਅੰਦਰ ਉਸ ਚੌਰ ਦੀ ਮਾਤਾ ਜੀ ਬੈਠੇ ਨੇ ਇੰਨੀ ਸਰਦੀ ਵਿੱਚ ਬਾਰਿਸ਼ ਹੋ ਰਹੀ ਹੈ ਕੌਮਾਂ ਮਾਸ਼ਕੀ ਜਦ ਕਿਤੇ ਥੋੜ੍ਹੀ ਜਿਹੀ ਆਵਾਜ਼ ਆਉਂਦੀ ਆ ਇਕਦਮ ਆਲੇ ਦੁਆਲੇ ਉਸ ਝੌਂਪੜੀ ਦੇ ਚੱਕਰ ਕੱਟਣ ਲੱਗ ਪੈਂਦਾ ਸੋਚਦਾ ਹੈ ਦਾਤਾ ਵਾਸੀ ਮਹਿਲਾਂ ਦੇ ਨੇ ਬੈਠੇ ਵਿੱਚ ਝੌਂਪੜੀ ਖੇਲਨੇ ਨਿਆਰੇ ਗੁਣਾਂ ਦੇ ਮੈਂ
ਪਾਤਸ਼ਾਹ ਕੀ ਖੇਡ ਕਰਤਾ ਤੁਸੀਂ, ਦਿਲ ਦਰਬ ਜਾਂਦਾ ਗੁਰਮੁਖੋ, ਇਧਰ ਸੁਰਤ ਤਾਂ ਲੈ ਕੇ ਜਾਓ, ਜਰਾ ਸੁਰਤ ਲੈ ਕੇ ਜਾਓ। ਆ ਦੇਖ, ਕਿਸੇ ਦਾ ਕੋਈ ਉਧਾਰ ਨਹੀਂ ਦੇਣਾ ਸੀ ਕਲਗੀਆਂ ਵਾਲਿਆਂ ਨੇ, ਜੋ ਸਾਡਾ ਕਰਜਾਈ ਸੀ ਤਾਂ ਆਪਣਾ ਸਭ ਕੁਝ ਵਾਰ ਦਿੱਤਾ। ਨਹੀਂ ਉਹ ਨਹੀਂ, ਦੁਨੀਆਂ ਦੇ ਲੋਕੋ ਆ ਦੇਖ ਭਾਵਕਾਰੀ ਨਹੀਂ, ਮਹਾਂਪੁਰਸ਼ ਨੂੰ ਇੱਕਦਮ ਚੱਕਰ ਲਗਾਉਣ ਲੱਗ ਪੈਂਦਾ, ਫਿਰ ਆ ਜਾਂਦਾ, ਫਿਰ ਦੇਖਦਾ ਛੋਟੇ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਦੇਖਦਾ, ਧਿਆਨ ਵਿੱਚ ਆਉਂਦਾ ਕਿਤੇ ਕੋਈ ਦੁਸ਼ਟ ਐਸੀ ਨਿਭਾਣਾ ਵਰਤਾ ਦੇ। ਆਖੋ ਸਤਨਾਮ, ਸਵੇਰ ਹੋ ਗਈ ਹੈ, ਮਾਤਾ ਜੀ ਕਹਿੰਦੇ ਨੇ ਇਤਿਹਾਸ 'ਚ ਕਹਿੰਦਾ ਦੋ ਕੜੇ ਦਿੱਤੇ ਨੇ, ਆਤੋਂ ਕਿਤੇ ਵਰਤ ਨਹੀਂ ਕਿਤੇ ਖਰਚ ਨਹੀਂ, ਸੋਨੇ ਦੇ ਕੜੇ ਦਿੱਤੇ। ਪਾਤਸ਼ਾਹ ਨੇ ਕਿਹਾ ਸੀ ਮਨ ਹੈ ਨਾ ਉਹ ਪ੍ਰੇਰਕ ਹੈ, ਉਦੋਂ ਮਤ ਪ੍ਰਭ ਅੰਤਰ ਜਾਮਨੀ, ਜਿਉਂ ਪ੍ਰੇਰਿਆ ਤਿਉਂ ਕਰਨਾ। ਉਹਨੂੰ ਪਤਾ ਆ ਕਿ ਇਹਨੂੰ ਕਦੋਂ ਡਿਊਟੀ ਦੇਣੀ ਹੈ, ਕੀ ਦੇਣੀ ਆ। ਅਸੀਂ ਤਾਂ ਬਹੁਤ ਕੁਝ ਕਹਿੰਦੇ ਹਾਂ ਦੁਨੀਆਂ ਨੂੰ, ਉਹਨੇ ਬੁਰਾ ਕੀਤਾ। ਤਿੰਨ ਨਾਂ ਤੁਸੀਂ ਯਾਦ ਰੱਖੋ, ਗੰਗੂ, ਚੰਦੂ ਤੇ ਸੁਚਾਨੰਦ। ਧਿਆਨ ਦੇਣ ਦਾ, ਗੰਗੂ, ਚੰਦੂ ਤੇ ਸੁਚਾਨੰਦ। ਜਿਵੇਂ ਕਰ ਦਿੰਦਾ, ਉਹ ਵੀ ਹਿੰਦੂ ਨੇ, ਦੀਵਾਨ ਟੋਡਰ ਮੱਲ ਵੀ ਹਿੰਦੂ ਆ। ਆਖੋ ਸਦਨਾ, ਦੀਵਾਨ ਟੋਡਰ ਮੱਲ ਵੀ ਹਿੰਦੂ ਆ। ਦੇਖ, ਬਾਬਾ ਜੀ ਦੁੱਧ ਪਿਲਾਉਂਦੇ ਸਨ, ਤਿੰਨ ਦਿਨ ਦੁੱਧ ਪਿਲਾਇਆ। ਬਾਬਾ ਮੋਤੀ ਰਾਮ ਮਹਿਰਾ ਜੀ ਨੇ, ਉਹ ਵੀ ਹਿੰਦੂ ਹੀ ਆ। ਦੁਨੀਆਂ ਵਿੱਚ ਗੁਰਮੁਖੋ ਸਿਰਫ ਦੋ ਧਰਮ ਨੇ, ਐਵੇਂ ਪਖੰਡ ਨਾ ਕਰਿਆ ਕਰੋ। ਦੁਨੀਆਂ ਵਿੱਚ ਤੀਜਾ ਕੋਈ ਧਰਮ ਹੀ ਹੈ ਨਹੀਂ, ਦੋ ਧਰਮ ਨੇ, ਇੱਕ ਪਾਸੇ ਸੱਚੇ ਨੇ, ਇੱਕ ਪਾਸੇ ਝੂਠੇ ਨੇ। ਆਖੋ ਸਤਨਾਮ, ਇੱਕ ਪਾਸੇ ਬੰਦਗੀ ਵਾਲੇ ਨੇ, ਇੱਕ ਪਾਸੇ ਬੇਈਮਾਨ ਨੇ, ਇੱਕ ਪਾਸੇ ਸੱਚੇ ਨੇ, ਇੱਕ ਪਾਸੇ ਝੂਠੇ ਨੇ, ਸਿਰਫ ਦੋ ਹੀ ਨੇ। ਮਨ ਨੂੰ ਇੰਨੀ ਗੱਲ ਹੀ ਅੱਜ ਪੁੱਛ ਕੇ ਜਾਇਓ ਕਿ ਦਸ ਮਨਾਂ ਤੋਂ ਕਿਹਨਾਂ ਵੱਲ ਹੋਣਾ, ਦਸ ਕਿਹਨਾਂ ਦੀ ਪੁਸ਼ਤ ਪਨਾਈ ਕਰਨੀ ਆ, ਕਿਹਨਾਂ ਦੇ ਢੋਲੇ ਗਾਉਣੇ ਨੇ, ਦਸ ਤਾਂ ਸਹੀ, ਤੈਨੂੰ ਤਾਂ ਸਤਿਗੁਰ ਪੁੱਛਦੇ ਨੇ। ਆਹ ਦੇਖ, ਕੌਮਾਂ ਮਾਸ਼ਕੀ ਕਦੇ ਕਦੇ ਭਾਵਕ ਹੋ ਜਾਂਦਾ, ਕਦੇ ਹੌਕੇ ਮਾਰਨ ਲੱਗ ਪੈਂਦਾ ਸੀ, ਕਦੇ ਹੌਕਿਆਂ ਦੇ ਨਾਲ ਭਰ ਜਾਂਦਾ ਸੀ, ਲਾਲਾ ਭਰ ਵੇਖ ਵੇਖ ਕੇ ਹੌਕਿਆਂ ਦੇ ਨਾਲ। ਸਿਸਕੀਆਂ ਜਕਾਰੇ ਕਦੇ ਮਾਰਦਾ, ਆ ਪੜਿਓ ਜਰਾ ਇੱਕ ਪੰਕਤੀ, ਕਦੇ
ਦੇ ਜਕਾਰੇ ਛੱਡਣਾ। ਕਲਗੀਆਂ ਵਾਲੇ ਦੇ ਬਾਅਦ ਆਤਾ ਸਭ ਕੁਝ ਵਾਰ ਦਿੱਤਾ ਸੰਸਾਰ ਲਈ, ਜਿਹਨਾਂ ਤੋਂ ਲੈਣਾ ਕੁਝ ਨਹੀਂ, ਆ ਦੇਖ ਸਭ ਕੁਝ ਉਹਨਾਂ 'ਤੇ ਨਿਸ਼ਾਵਰ ਕਰ ਦਿੱਤਾ। ਅਜੇ ਸਵੇਰ ਦਾ ਵੇਲਾ ਹੋ ਚੁੱਕਾ ਸੀ, ਮਾਤਾ ਜੀ ਕਹਿਣ ਲੱਗੇ, ਪੁੱਤਰ ਸਾਨੂੰ ਕਿਸੇ ਕੰਢੇ ਲਗਾ ਦੇ ਤਾਂ ਕਿ ਦਿਨ ਦਾ ਚੜਾਅ ਹੋਣ ਵਾਲਾ ਕਿਤੇ ਨਾ ਕਿਤੇ ਆਸਰਾ ਮਿਲ ਹੀ ਜਾਏਗਾ। ਕਹਿੰਦੇ ਸੋਹਾਂ ਪਹਿਲਾਂ ਹੀ ਫੈਲ ਗਈਆਂ ਕਿ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਇਸ ਪਾਸੇ ਆ ਰਹੇ ਨੇ। ਗੰਗੂ ਨੂੰ ਵੀ ਪਤਾ ਲੱਗ ਗਿਆ, ਅੱਜ ਤੁਹਾਡੇ ਇੱਕ ਹੋਰ ਬੜੀ ਵਧੀਆ ਗੱਲ ਸਮਝ ਪਾਉਣੀ ਹੈ। ਅੱਜ ਤੱਕ ਜਦ ਤੱਕ ਵੀ ਇਹ ਗੰਗੂ ਅਨੰਦਪੁਰ ਸਾਹਿਬ ਰਿਹਾ, ਕੋਈ ਇੱਕ ਬੰਦਾ ਮੈਨੂੰ ਉੱਠ ਕੇ ਕਹਿ ਦੇ ਵੀ ਉਹਨੇ ਇੱਕ ਢੇਲਾ ਵੀ ਉੱਥੇ ਚੱਕਿਆ ਹੋਵੇ? ਆਖੋ ਸਭ ਵਾਹਿਗੁਰੂ। ਇੱਕ ਬੰਦਾ ਉੱਠ ਕੇ ਇਤਿਹਾਸ ਦੀ ਗੱਲ ਕਹਿ ਦੇ, ਇੱਕ ਢੇਲਾ ਵੀ ਉਸ ਅਨੰਦਪੁਰ ਸਾਹਿਬ ਚੋਂ ਚੱਕਿਆ ਹੋਵੇ, ਪਤਾ ਕੀ ਹੁੰਦਾ? ਉਹ ਜਿਹੜਾ ਪਰਮੇਸ਼ਰ ਨਾ ਅਕਾਲ ਪੁਰਖ ਹੈ, ਬੁੱਧੀਆਂ ਦਾ ਸਾਕਸ਼ੀ ਹੈ। ਹੋ ਸਕਦਾ ਕਿਤੇ ਮਾਲਕ ਨੇ ਇਹ ਨਾ ਸੋਚ ਲਿਆ ਹੋਵੇ ਵੀ ਵਡਿਆਈ ਜੇ ਤੈਨੂੰ ਗੁਰੂ ਘਰ ਦੇ ਰਸੋਈਏ ਦੀ ਤੈਨੂੰ ਮਿਲੀ ਆ, ਤੇ ਆਹ ਹੁਣ ਦੂਜਾ ਕੰਮ ਵੀ ਜਿਹੜਾ ਹੈ ਤੈਨੂੰ ਦੇਣਾ। ਆਖੋ ਸਤਨਾਮ ਵਾਹਿਗੁਰੂ। ਆ ਨਿਰਾਦਰ ਵੀ ਤੈਨੂੰ ਦੇਣਾ ਜੇ ਵਡਿਆਈ 16 ਸਾਲ ਤੈਨੂੰ ਮਿਲੀ। ਤੇ ਖੇਡ ਉਸਦਾ ਇਹਨੂੰ ਪਤਾ ਲੱਗਿਆ, ਇਹਨੂੰ ਪਤਾ ਸੀ ਕਿ ਦੋ ਕੀਮਤੀ ਲਾਲ ਮਾਤਾ ਜੀ ਕੋਲ ਨੇ, ਬਹੁਤ ਕਰੋੜਾਂ ਰੁਪਏ ਦੇ ਲਾਲ ਸੀ ਛੋਟੇ ਛੋਟੇ। ਇਹਨੂੰ ਪਤਾ ਸੀ ਵੀ ਇਸ ਪਾਸੇ ਜੇ ਆਏ ਮਨ ਬਦਲ ਗਿਆ, ਦਿਮਾਗ 'ਚ ਆ ਗਿਆ, ਇਹ ਕਿਸੇ ਦੀ ਵੀ ਆ ਸਕਦੀ ਆ। ਖਿੰਨ ਮੈਂ ਅਵਰ ਖਿੰਨੈ ਮੇਰਾ ਮਰਾ, ਇੱਕ ਸਕਿੰਟ ਲੱਗਦੀ ਆ, ਇੱਕ ਸਕਿੰਟ ਲੱਗਦਾ ਵਿਕਣ ਨੂੰ ਬੰਦੇ ਦੇ। ਆਖੋ ਸਾਧਨਾ ਵਾਹਿਗੁਰੂ। ਇੱਕ ਨਾ ਹੋਰ ਸਾਂਝ ਪਾਉਣ ਲੱਗਾ, ਤੁਹਾਡਾ ਬੱਚਾ ਮੈਂ ਦੇਖਿਆ ਸੀ ਜਦੋਂ ਅਸੀਂ ਛੋਟੇ ਸੀ, ਜਿੱਥੇ ਵੀ ਕੋਈ ਵਚਨ ਕਰਦਾ ਸੀ ਉੱਥੇ ਟਿਕ ਜਾਂਦਾ ਸੀ, ਅਤੇ ਨਹੀਂ ਅਸੀਂ ਕਹਿ ਦਿੱਤਾ ਉਹਨੂੰ ਉਹਦੇ ਨਾਲ ਰਹਿਣਾ। ਹੁਣ ਤਾਂ ਇੱਕ ਕੁੜੀ ਦੇ ਦਿਓ ਜਿੱਥੇ ਮਰਜ਼ੀ ਲੈ ਜਾਓ। ਆਖੋ ਸਾਧਨਾ ਵਾਹਿਗੁਰੂ। ਦੇਖੋ ਫਲ ਸਿੱਖੀ, ਇੱਕ ਪੂਗਾ ਸ਼ਰਾਬ ਦਾ ਬਹੁਤਾ ਦੇ ਦਿਓ ਜਿੱਥੇ ਮਰਜ਼ੀ ਇਹਨਾਂ ਨੂੰ ਪੂਜ ਸਕਦੇ। ਆਖੋ ਸਾਧਨਾ ਵਾਹਿਗੁਰੂ। ਰੱਬ ਕਿਰਪਾ ਕਰੇ ਮੈਂ ਅੱਗੇ ਚੱਲਾਂ, ਕੋਸ਼ਿਸ਼ ਕਰ ਰਿਹਾ ਤਾਂ ਕਿ ਅੱਜ ਕਿਸੇ ਕੰਢੇ ਬੰਨ ਲੱਗ ਸਕੀਏ। ਦਿਨ ਦਾ ਚੜਾਅ ਹੋ ਸਕੇ, ਦੇਖ ਦੂਰੋਂ ਦੇਖਿਆ ਗੰਗੂ ਆ ਰਿਹਾ। ਮਾਤਾ ਜੀ ਕਹਿਣ ਲੱਗੇ, ਪੁੱਤਰ ਇਹ ਸਾਡਾ ਰਸੋਈਆ ਸੀ, ਹੁਣ ਕਿਤੇ ਨਾ ਕਿਤੇ ਜਗ੍ਹਾ ਮਿਲ ਜਾਏਗੀ, ਹੁਣ ਸਾਨੂੰ ਕੁਝ ਨਹੀਂ ਹੁੰਦਾ, ਕਿਤੇ ਨਾ ਕਿਤੇ ਤੁਹਾਨੂੰ ਪੱਤਣ ਲੱਗ ਜਾਂਗੇ। ਘਰ ਲੈ ਗਿਆ, ਉਹ ਜਿਹੜੀ ਖੁਰਜੀ ਸੀ ਨਾ ਧੰਨ ਵਾਲੀ ਮਾਤਾ ਜੀ ਕੋਲ, ਜਦੋਂ ਦੇਖਿਆ ਮਨ ਵਿੱਚ ਇਹ ਗੱਲ ਆ ਗਈ ਕਿ ਸਾਰੀ ਜ਼ਿੰਦਗੀ ਗਰੀਬੀ ਕੱਟੀ ਆ, ਹੁਣੇ ਵੇਲਾ। ਆਖੋ ਸਾਧਨਾ ਵਾਹਿਗੁਰੂ। ਸਾਰੀ ਜ਼ਿੰਦਗੀ ਗਰੀਬੀ ਕੱਟੀ ਆ, ਹੁਣ ਤਾਂ ਵੇਲਾ ਆ। ਮਨ ਵਿੱਚ ਆ ਗਿਆ ਇਸ ਖੁਰਜੀ ਨੂੰ ਲੈ ਕੇ ਬਾਹਰ ਜਿੱਥੇ ਚੋਰ ਵਗਦਾ ਸੀ ਉੱਥੇ ਡੋਰ ਕੱਢ ਕੇ ਦੱਬ ਦਿੱਤੀ। ਆਖੋ ਸਤਨਾਮ ਵਾਹਿਗੁਰੂ। ਮਾਤਾ ਜੀ ਪੁੱਛਣ ਲੱਗੇ, ਅਸੀਂ ਕਰਾ ਤੂੰ ਪੁੱਤਰ ਉਹ ਖੁਰਜੀ ਕਿੱਥੇ ਆ? ਕਹਿੰਦਾ ਨਾਲੇ ਚੋਰ ਨਾਲੇ ਚੇਤਰ, ਨਾਲੇ ਮੈਂ ਤੁਹਾਨੂੰ ਰਾਤ ਰੱਖਾਂ ਨਾਲੇ ਚੋਰ ਕਹਾਵਾਂ। ਓਹੋ, ਮਾਤਾ ਜੀ ਕਹਿਣ ਲੱਗੇ ਇੰਨੀ ਉੱਚੀ ਬੋਲਣ ਦੀ ਕੀ ਲੋੜ ਆ, ਜੇ ਰੱਖਣੀ ਆ ਤੂੰ ਰੱਖ ਲੈ। ਮਨ ਵਿੱਚ ਇਹ ਆਇਆ ਕਿਉਂ ਨਾ ਬਹੁਤ ਵੱਡਾ ਇਨਾਮ ਲਿਆ ਜਾਵੇ, ਕਿਉਂਕਿ ਨਵਾਬ ਸਰਹੰਦ ਨੂੰ ਪਤਾ ਦਿੱਤਾ ਜਾਵੇ ਕਿ ਮੇਰੇ ਕੋਲ ਗੁਰੂ ਸਾਹਿਬ ਦੇ ਮਾਤਾ ਜੀ ਦੇ ਛੋਟੇ ਸਾਹਿਬਜ਼ਾਦੇ ਨੇ। ਛੋਟੇ ਸਾਹਿਬਜ਼ਾਦੇ ਨੇ ਮੋਰਿੰਡੇ ਦੇ ਥਾਣੇ ਵਿੱਚ ਚਲਾ ਗਿਆ। ਜਾਨੀ ਖਾਨ ਅਤੇ ਮਾਨੀ ਖਾਨ ਥਾਣੇਦਾਰ ਨੂੰ ਜਾ ਕੇ ਕਹਿਣ ਲੱਗਾ, ਮੇਰੇ ਕੋਲ ਗੁਰੂ ਸਾਹਿਬ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ, ਦੇਖ ਨਮਕ ਹਰਾਮ
ne kadar kavga. Par kisi de vas ki gal na. Gal unne ki karona is ki. ਇਹ ਉਹਨੂੰ ਪਤਾ ਆ ਗਏ ਸਵੇਰੇ ਸਵੇਰੇ ਲੈਣ ਮਾਤਾ ਜੀ ਕਹਿੰਦੇ ਕੀ ਕਸੂਰ ਆ ਕਿਉਂ ਜਾਈਏ ਇਹਨੇ ਨਹੀਂ ਤੁਹਾਨੂੰ ਜਾਣਾ ਪੈਣਾ ਇਤਿਹਾਸ ਕਹਿੰਦਾ ਜਦ ਮੁਰਿੰਡੇ ਥਾਣੇ ਵਿੱਚ ਲੈਂਦਾ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਨੂੰ ਉੱਥੋਂ ਇੱਕ ਗੱਡਾ ਤਿਆਰ ਕੀਤਾ ਗਿਆ ਉਹਨਾਂ ਦਿਨਾਂ 'ਚ ਬੱਸਾਂ ਨਹੀਂ ਸੀ ਉਸ ਗੱਡੇ ਤੇ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਬਿਠਾ ਕੇ ਇਹ ਸਰਹੰਦ ਵੱਲ ਤੁਰ ਪਏ ਗੱਡਾ ਆਪਣੀ ਚਾਲੇ ਜਾ ਰਿਹਾ ਜੱਗ ਵੇਖ ਕੇ ਹੈਰਾਨ ਹੁੰਦਾ ਜਾਵੇ ਜੋੜੀ ਜਾਵੇ ਜ਼ਿੰਦਗੀ ਦੇ 22 ਸਾਲ ਪਤੀ ਨੇ ਬੁਲਾਇਆ ਹੀ ਨਹੀਂ ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਿਮਰਨ ਵਿੱਚ ਰਹਿੰਦੇ ਸੀ ਇੱਥੇ ਤਾਂ 22 ਦਿਨ ਲਗਾ ਕੇ ਮੈਨੂੰ ਦਿਖਾਓ ਜੇ ਤੁਹਾਨੂੰ ਕਚਹਿਰੀ ਨੇ ਚੜ੍ਹ ਦੇਣ ਤਾਂ ਆਖੋ ਸਤਨਾਮ 22 ਦਿਨ ਲਗਾ ਕੇ ਦਿਖਾਓ ਉਸ ਕਮਲੇ ਤੋਂ ਕਹਿੰਦੇ ਕੀ ਲੈਣਾ ਜਿਹੜਾ ਗੱਲ ਹੀ ਨਹੀਂ ਕਰਦਾ ਮੇਰੇ ਨਾਲ ਆ ਦੇਖ 22 ਸਾਲ ਨਿਕਲ ਗਏ ਕਦੇ ਆਪਣੀ ਤ੍ਰਿਸ਼ਨਾ ਕਦੇ ਆਪਣੀ ਮੰਗੀ ਨਹੀਂ ਰੱਖੀ ਐਵੇਂ ਤਾਂ ਨਹੀਂ ਨਾਮ ਲੈਂਦੀ ਉਹਨਾਂ ਦਾ ਜੀਵਨ ਉਹਨਾਂ ਦੇ ਤਿਆਗ ਉਹ ਸਾਡੇ ਤੁਹਾਡੇ ਵਰਗੇ ਨਹੀਂ ਹੋਏ ਦੁਨੀਆਂ ਦੇ ਲੋਕੋ ਆਪ ਦੇਖ ਗੱਲਾਂ ਕਰਦੇ ਜਾਂਦੇ ਨੇ ਦਾਦੀ ਮਾਂ ਪਿਤਾ ਜੀ ਕਿੱਥੇ ਚਲੇ ਗਏ ਅਸੀਂ ਜਬ ਅੱਬਾ ਆਏਗੇ ਜੋ ਵੀ ਅੱਲਾ ਯਾਰ ਖਾਂ ਲਿਖਦਾ ਕਹਿੰਦੇ ਮਾਂ ਦਾਦੀ ਮਾਂ ਨੂੰ ਕਹਿੰਦੇ ਨੇ ਜਬ ਅੱਬਾ ਕਹਿੰਦੇ ਨੇ ਬਾਪ ਨੂੰ ਜਬ ਅੱਬਾ ਆਏਗੇ ਹਮ ਪਾਸ ਨਹੀਂ ਜਾਏਗੇ ਆਖੋ ਸਤਨਾਮ ਵਾਹਿਗੁਰੂ ਉਹ ਲੱਖ ਬੁਲਾਏਗੇ ਓਹ ਲੱਖ ਬੁਲਾਉਣਗੇ ਅਸੀਂ ਉਹਨਾਂ ਨੂੰ ਗੱਲ ਨਹੀਂ ਕਰਨੀ ਕੀ ਦੇਖਦੇ ਨੇ ਪੁਰਾਣਾ ਜ਼ਮਾਨਾ ਸੀ ਉਧਰੋਂ ਕੁਝ ਬੀਬੀਆਂ ਆ ਰਹੀਆਂ ਸੀ ਘੜੇ ਪਾਣੀ ਦੇ ਲੈਣ ਕਿਉਂਕਿ ਨੇੜੇ ਨਦੀ ਸੀ ਜਾਂਦੀ ਦੇਖਦੀਆਂ ਨੇ ਕੋਈ ਕਹਿੰਦਾ ਇਹ ਰਾਮ ਲਛਮਣ ਦੀ ਜੋੜੀ ਲੱਗਦੀ ਆ ਕੋਈ ਕਹਿੰਦਾ ਰੂਪ ਬਸੰਤ ਲੱਗਦਾ ਇੱਕ ਬੀਬੀ ਨੇ ਅਨੰਦਪੁਰ ਸਾਹਿਬ ਇਹਨਾਂ ਦੇ ਦਰਸ਼ਨ ਕੀਤੇ ਸੀ ਕਹਿਣ ਲੱਗੇ ਨਾ ਤਾਂ ਰਾਮ ਲਛਮਣ ਦੀ ਜੋੜੀ ਹੈ ਨਾ ਇਹ ਰੂਪ ਬਸੰਤ ਦੀ ਹੈ ਇਹ ਤਾਂ ਭੈਣ ਜੀ ਇਹ ਤਾਂ
माता गुजरी जी करते लाडले लाल पिता को बिंद दे ਕੱਲੀ ਬੈਠੀ ਸ਼ਾਮ ਹੋ ਚੁੱਕੀ ਸੀ ਦੂਰੋਂ ਹੀ ਸਰਹੰਦ ਦੀਆਂ ਅਟਾਰੀਆਂ ਗੁੰਬਦ ਕਹਿ ਲਈਏ ਉਹ ਦੂਰੋਂ ਦਿਸ ਰਹੇ ਸੀ ਪੁੱਛਦੇ ਨੇ ਦਾਦੀ ਮਾਂ ਅਨੰਦਪੁਰ ਸਾਹਿਬ ਆ ਗਿਆ ਦਾਦੀ ਮਾਂ ਅਨੰਦਪੁਰ ਸਾਹਿਬ ਆ ਗਿਆ ਕਹਿੰਦੇ ਨਹੀਂ ਲਾਲ ਜੀ ਕਹਿੰਦੇ ਜੇ ਅਨੰਦਪੁਰ ਨਹੀਂ ਤੇ ਫਿਰ ਕੀ ਆ ਕਿਹੜੀ ਕਿਹੜੀ ਗੱਲ ਦਾ ਜਵਾਬ ਦੇਵੇ ਇਹ ਸਰਹੰਦ ਦੀਆਂ ਉੱਚੀਆਂ ਅਟਾਰੀਆਂ ਅਨੰਦਪੁਰ ਦੂਰ ਲੈ ਗਿਆ ਸਰਹੰਦ ਦੀਆਂ ਉੱਚੀਆਂ ਖਿਆਲ ਰੱਖਣਾ ਆਪਣੇ ਬਾਬੇ ਦਾ ਧਿਆਨ ਰੱਖਣਾ
ਤੇ ਲਾਜ ਨਾ ਲੱਗ, ਉਸ ਨੂੰ ਲਾਜ ਨਾ ਲੱਗ ਜਾਏ ਕਿਤੇ ਸ਼ਾਮ ਹੋ ਚੁੱਕੀ ਸੀ। ਇਤਿਹਾਸਕਾਰ ਕਹਿੰਦੇ ਨੇ ਉਹ ਜਿਹੜਾ ਠੰਡਾ ਬੁਰਜ ਸੀ ਠੰਡਾ ਬੁਰਜ ਤੇ ਪੋਤੀਆਂ ਮਾਤਾਂ ਹਨੇਰੀ ਉਤੋਂ ਜ਼ੁਲਮਾਂ
ਅੱਜ ਦੂਸਰਾ ਦਿਨ ਆਇਆ ਹੈ, ਫਤਿਹ ਬੁਲਾਈ ਹੈ। ਸਾਡੀਆਂ ਬੀਬੀਆਂ ਨੇ ਕਾਟਾ ਬਾਏ ਬਾਏ ਸਿਖਾ ਦਿੱਤਾ, ਦੇਖੋ ਹਾਲ ਇਹਨਾਂ ਦਾ। ਪਹਿਲਾਂ ਹਰ ਰਿਸ਼ਤਾ ਹੁੰਦਾ ਸੀ ਇਹ ਭੂਆ ਜੀ ਆ ਅਤੇ ਚਾਚੀ ਜੀ ਆ, ਇਹ ਮਾਸੀ ਜੀ ਆ, ਹੁਣ ਆਂਟੀਆਂ ਹੀ ਆਂਟੀਆਂ, ਮਾਸੀ ਵੀ ਆਂਟੀ, ਚਾਚੀ ਵੀ ਆਂਟੀ, ਤਾਏ ਵੀ ਆਂਟੀ। ਪਤਾ ਨਹੀਂ ਇਹਨਾਂ ਨੂੰ ਮੱਤ ਕਿੱਥੋਂ ਆ ਗਈ, ਅਤੇ ਅਸੀਂ ਹਿੱਸੇਦਾਰ ਹਾਂ, ਇਕੱਲੀਆਂ ਨਹੀਂ। ਕਦੇ ਫਤਿਹ ਸਿਖਾਈ ਹੈ, ਮੈਂ ਆਓ ਤੁਹਾਨੂੰ, ਤੁਸੀਂ ਆਇਓ ਅਸਥਾਨ 'ਤੇ। ਆ ਜਿੰਨੇ ਬੱਚੇ ਨੇ ਨਾ ਸਾਡੇ ਛੋਟੇ ਆਉਣਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਪੁੱਛਣਗੇ, ਬਾਬਾ ਜੀ ਤੁਸੀਂ ਠੀਕ ਹੋ? ਅਤੇ ਅਸੀਂ ਪੁੱਛੀਦਾ ਤੁਸੀਂ ਠੀਕ ਹੋ? ਫਤਿਹ ਬੁਲਾਉਣੀ ਇਹਨਾਂ ਨੂੰ, ਤੁਸੀਂ ਸਿਖਾਓ ਤਾਂ ਸਹੀ ਇਹਨਾਂ ਨੂੰ, ਜੋ ਤੁਸੀਂ ਸਿਖਾਓਗੇ ਇਹਨਾਂ ਨੇ ਤਾਂ ਇਹੀ ਸਿੱਖਣਾ। ਇਹ ਤਾਂ ਅਨਰਿਟਨ ਸਲੇਟ ਆ, ਇਹਦੇ 'ਤੇ ਕੁਝ ਨਹੀਂ ਲਿਖਿਆ, ਜੋ ਤੁਸੀਂ ਲਿਖੋਗੇ ਇਹਨਾਂ ਨੇ ਉਹ ਹੀ ਪੜ੍ਹ ਲੈਣਾ। ਹੈਰਾਨੀ ਦੀ ਗੱਲ ਆ, ਸਤਿਗੁਰ ਕਹਿੰਦੇ ਸੀ ਇੱਕ ਵਾਰੀ ਸਿੱਖ ਸਿੱਖ ਨੂੰ ਮਿਲੇ ਅਤੇ ਚਾਰ ਵਾਰੀ ਵਾਹਿਗੁਰੂ ਜਪਿਆ ਜਾਂਦਾ। ਜਿਹੜਾ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅੱਗੋਂ ਵੀ ਕਹਿੰਦਾ ਅਤੇ ਚਾਰ ਵਾਰੀ ਵਾਹਿਗੁਰੂ ਜਪਿਆ ਗਿਆ। ਆਖੋ ਸਤਿਨਾਮ, ਅੱਗੇ ਨਾਂ ਹੁੰਦੇ ਸੀ ਧਰਤੀ ਧਕੇਲ ਸਿੰਘ, ਹੁਣ ਕਹਿੰਦੇ ਇਹ ਚਿੰਟੂ ਆ। ਆਖੋ ਸਤਿਨਾਮ, ਇਹ ਬੰਟੀ ਆ, ਪਤਾ ਨਹੀਂ ਕਿੱਥੋਂ ਆ ਗਿਆ ਨਾਂ, ਪਤਾ ਨਹੀਂ ਇਹ ਕਿਹੜੀ ਵੋਕੈਬਲਰੀ ਇਹਨਾਂ ਬੀਬੀਆਂ ਨੇ ਲਿਆਂਦੀ ਆ। ਇਹਨਾਂ ਨੂੰ ਖਰੇ ਉਖਿਆਈ ਆ ਪੂਰਾ ਨਾਂ ਲੈਣ ਲਈ, ਵੀ ਇਹ ਸ਼ਰਨਜੀਤ ਸਿੰਘ ਆ ਜਾਂ ਪਰਮਜੀਤ ਸਿੰਘ ਆ ਜਾਂ ਦਿਲਾਵਰ ਸਿੰਘ ਆ, ਘੱਟ ਘੱਟ ਨਾਂ ਤਾਂ ਪੂਰਨ ਲਓ, ਤੁਹਾਨੂੰ ਪਤਾ ਤਾਂ ਲੱਗੇ। ਤੁਹਾਨੂੰ ਦੇਖੋ ਪਾਤਸ਼ਾਹ ਨੇ ਕੀ ਖੇਡ ਖੇਡੀ, ਮੈਂ ਹੁਣ ਸਮਾਪਤੀ ਕਰਾਂ, 8:30 ਹੋ ਗਏ। ਜਦੋਂ ਬੱਚਾ ਜਨਮ ਲੈਂਦਾ, ਅੱਧਾ ਨਾਂ ਤਾਂ ਸਤਿਗੁਰੂ ਨੇ ਪਹਿਲਾਂ ਹੀ ਦਿੱਤਾ ਆ ਸਿੰਘ ਦਾ, ਅੱਧਾ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੱਖਣਾ। ਉਹ ਕਹਿੰਦਾ ਭੂਆ ਉਹਦੀ ਰੱਖੂ। ਆਖੋ ਸਤਿਨਾਮ, ਦੇਖੋ ਕਲਯੁੱਗ ਦੇ ਲੋਕਾਂ ਦਾ ਹਾਲ, ਉਹ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਂ ਕਢਾ ਲਓ। ਨਹੀਂ ਨਹੀਂ ਨਹੀਂ, ਭੂਆ ਕਹਿੰਦੀ ਮੈਂ ਹੀ ਰੱਖਣਾ। ਆਖੋ ਸਤਿਨਾਮ, ਗੁਰੂ ਦਾ ਨਾਂ ਹੀ ਪਸੰਦ ਨਹੀਂ, ਨਾਂ ਹੀ ਸਾਨੂੰ ਪਸੰਦ ਨਹੀਂ। ਆ ਦੇਖ, ਆ ਦੂਸਰਾ ਦਿਨ ਹੈ, ਥੋੜ੍ਹੀ ਸਖਤੀ ਕੀਤੀ ਹੈ। ਜਦੋਂ ਫਤਿਹ ਬੁਲਾਈ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਕਹਿੰਦੇ ਨੇ ਕਿਹੜਾ ਖਾਲਸਾ, ਜਦੋਂ ਭੱਟ ਦਿਆਂਗੇ। ਆਖੋ ਸਤਿਨਾਮ, ਕਿਹੜੇ ਖਾਲਸੇ ਦੀ ਗੱਲ ਕਰਦੇ ਹੋ ਤੁਸੀਂ? ਪਤਾ ਕੀ ਜਵਾਬ ਦਿੱਤਾ, ਲੱਖਾਂ ਮੁੱਕ ਗਏ ਮੁਕਾਉਂਦੇ ਗੁਰੂ ਪੰਥ ਨੂੰ, ਤੂੰ ਵੀ ਚੋਰ ਲਾ ਲੈ ਚਾਲ। ਕਿਸੇ ਦੀ ਗਰਦਨ ਤੇ ਗੋਡਾ ਰੱਖ ਕੇ ਉਹਦੀ ਸ਼ਾਹ ਰਗ ਨੂੰ ਹੌਲੀ ਹੌਲੀ ਵੱਢਣ। ਆਖੋ ਸਤਿਨਾਮ, ਛੋਟੇ ਸਹਿਜਾਦਿਆਂ ਨੂੰ ਨੀਹਾਂ ਦੇ ਵਿੱਚੋਂ ਕੱਢ ਕੇ ਜਮ੍ਹਾਂ ਕੀਤਾ ਗਿਆ। ਵਾਹ ਵਾਹ ਵਾਹ, ਦੇਖ ਤਸੀ ਯਾਰਾ, ਐਡਾ ਤਸੀਹਾ, ਐਡਾ ਜ਼ੁਲਮ ਪੁਣਾ, ਐਡਾ ਵਹਿਸ਼ੀ ਪੁਣਾ, ਉਹ ਵੀ 7-9 ਸਾਲ ਦੇ ਬੱਚਿਆਂ, ਕਿਸੇ ਤੋਂ ਕੁਝ ਨਹੀਂ ਸੀ ਮੰਗਾ ਰਿਹਾ, ਦੁੱਧ ਪੀਂਦੇ ਬੱਚੇ। ਕਹਿੰਦੇ ਜਿਸ ਵੇਲੇ ਪਾਤਸ਼ਾਹ ਨੇ ਪੁੱਛਿਆ ਨਾ ਬਈ ਛੋਟੇ ਸਾਹਿਬਜ਼ਾਦਿਆਂ ਦਾ ਕੀ ਬਣਿਆ, ਤੇ ਜਵਾਬ ਦਿੱਤਾ ਕਹਿੰਦੇ ਦਾਤਾ ਕੀ ਕਹੀਏ, ਦਿਲ ਫਟਦਾ
data dole mor gunte ta patre lalane maat na galla man le leya ਸੱਜਣਾ ਦੇ ਬੜੇ ਪਿਆਰ ਤੇ ਰੀਝਾਂ ਦੇ ਨਾਲ ਆਪ ਜੀ ਨੇ ਇਸ ਸਮਾਗਮ ਨੂੰ ਪੂਰਾ ਸਿਰੇ ਚੜਾਇਆ ਹੈ। ਧੰਨਵਾਦੀ ਹਾਂ ਬਾਬਾ ਹੀਰਾ ਸਿੰਘ ਜੀ ਨੇ, ਜਿਹਨਾਂ ਦਾ ਉੱਤਮ ਉਪਰਾਲਾ ਬਣਿਆ ਹੀ ਰਹਿੰਦਾ। ਸਿਹਤ ਕਈ ਦਿਨਾਂ ਤੋਂ ਠੀਕ ਨਹੀਂ ਸੀ, ਅੱਜ ਵੀ ਦੁਪਹਿਰ ਤੱਕ ਇੱਦਾਂ ਲੱਗਦਾ ਸੀ ਵੀ ਸ਼ਾਇਦ ਹਾਜ਼ਰੀ ਨਾ ਭਰ ਹੋਏ। ਫਿਰ ਮਨ ਨੂੰ ਸਮਝਾਇਆ ਵੀ ਜੇ ਮਾਲਕ ਨੇ ਸੇਵਾ ਲੈਣੀ ਹੈ ਤਾਂ ਲੈ ਹੀ ਲੈਣੀ ਹੈ। ਆਖੋ ਸਾਨੂੰ ਆਓ ਆਖਰੀ ਇੱਕ ਪੰਕਤੀ ਪੜ੍ਹ ਕੇ ਫਿਰ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਆਪ ਪੜ੍ਹਦੇ ਜਾਣਾ ਅੱਜ ਘਰ ਹੋ ਗਏ। ਆਖੋ ਸਾਨੂੰ ਉਹ ਤਾਂ ਅਮਲੀ ਆ,
ਉਹ ਤਾਂ ਉਂਗਲੀ ਉਹਦੀ ਦੀ ਕੁਰਬਾਨੀ ਦੇ ਦਿੱਤੀ ਆਖੋ ਸਤਨਾਮ ਵਾਹਿਗੁਰੂ ਜੇ ਸੌਦਾ ਕਰਨਾ ਤੇ ਗੁਰੂ ਨਾਲ ਕਰ ਲੈ ਇਹ ਵੇਲਾ ਇਹੀ ਘੜੀ ਇਹੀ ਵੇਲਾ ਸਾਧੋ ਇਹੀ ਘੜੀ ਇਹੀ ਵੇਲਾ ਵੇ ਆਈ ਪਲ ਨੇ ਆਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ